ਬਠਿੰਡਾ ਪੁਲਿਸ ਦੇ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਗਵਾਲੀਅਰ ਤੋਂ 1000 ਕਿਲੋਮੀਟਰ ਟਰੱਕ ਚੱਲ ਕੇ 70 ਆਦਮੀਆਂ ਦਾ ਭਰਿਆ ਹੋਇਆ ਬਠਿੰਡਾ ਪੁਲਿਸ ਨੇ ਕਾਬੂ ਕੀਤਾ। ਦੱਸ ਦਈਏ ਕਿ ਇਹ ਜੋ 70 ਆਦਮੀ ਸਨ ਇਹ ਇੱਧਰੋਂ ਪੰਜਾਬ ਦੇ ਵਿੱਚੋਂ ਗਵਾਲੀਅਰ ਸਾਈਡ ਕਣਕ ਵੱਢਣ ਗਏ ਸਨ ਅਤੇ ਉੱਥੋਂ ਟਰੱਕ ਵਾਲੇ ਨੇ ਇਹਨਾਂ ਤੋਂ 2500-2500 ਰੁਪਈਆ ਪਰ ਆਦਮੀ ਤੋਂ ਲੈ ਕੇ ਇੱਥੇ ਛੱਡਣ ਦਾ ਦਾਅਵਾ ਕੀਤਾ ਸੀ। ਜੋ ਬਠਿੰਡਾ ਪਹੁੰਚਣ 'ਤੇ ਪਤਾ ਲੱਗਣ 'ਤੇ ਬਠਿੰਡਾ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਸਾਜ਼ਿਸ਼ ਲੱਗਦੀ ਹੈ, ਬਠਿੰਡਾ ਅਜੇ ਤੱਕ ਬਿਲਕੁਲ ਕਲੀਨ ਹੈ ਅਤੇ ਇਹ ਕੋਰੋਨਾ ਵਾਇਰਸ ਦੇ ਪੋਜ਼ਿਟਿਵ ਲੋਕ ਹੀ ਨਾ ਹੋਣ ਜੋ ਬਠਿੰਡਾ ਵਿੱਚ ਪਹੁੰਚੇ ਹਨ। ਇਸ ਲਈ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਇਹਨਾਂ 'ਤੇ ਪਰਚਾ ਦਰਜ ਕੀਤਾ ਜਾਵੇ। ਟਰੱਕ ਡਰਾਈਵਰ ਦੇ ਦੱਸਣ ਮੁਤਾਬਕ ਉਹ ਗਵਾਲੀਅਰ ਤੋਂ ਚੱਲਿਆ ਸੀ ਅਤੇ ਉਸਨੇ ਇਹਨਾਂ ਨੂੰ ਲੁਧਿਆਣਾ ਛੱਡਣਾ ਸੀ। ਇੱਥੇ ਬਠਿੰਡਾ ਪੁਲਿਸ ਨੇ ਉਸਨੂੰ ਫੜ ਲਿਆ ਹੈ। ਉਸਨੇ ਬੰਦਿਆਂ ਦੀ ਗਿਣਤੀ ਨਹੀਂ ਕੀਤੀ ਅਤੇ ਇੱਕ ਬੰਦੇ ਤੋਂ 2500 ਰੁਪਈਆ ਲਿਆ ਸੀ ਇੱਥੇ ਲੁਧਿਆਣਾ ਛੱਡਣ ਦਾ। ਕਿੰਨਾ ਕੁ ਟਾਈਮ ਹੋ ਗਿਆ ਸੀ ਤੁਹਾਨੂੰ ਉੱਥੇ ਗਏ? ਉੱਥੇ ਸਰ 3 ਮਹੀਨੇ ਹੋ ਗਏ। 3 ਮਹੀਨੇ ਬਾਅਦ ਆਇਆ ਜੀ। 3 ਮਹੀਨੇ ਬਾਅਦ ਆਇਆ ਜੀ। ਕੰਬਾਈਨਾਂ ਡੱਕ ਕੇ ਤੇ ਆਪ ਘਰੇ ਆ ਗਏ। ਉਹਦਾ ਮਾਲਕ ਰੱਖਦੇ ਵੀ ਕਹਿੰਦੇ ਕੰਮ ਨਿਬੜਗਾ ਤੂੰ ਆਪਣੇ ਘਰ ਸੜਕਾਂ ਤੈਨੂੰ ਤੋਂ ਛੱਡਦਾ ਹੋਣਾ ਜੀ, ਐਵੇਂ ਸੜਕਾਂ ਤੇ ਆ ਕੇ ਖੜ ਕੇ ਹੱਥ ਪੱਲੇ ਜੋੜੇ ਹਰੇਕ ਦੇ ਗੱਡੀ ਮੋਟਰ ਤੋਂ ਖੜ ਦੇਣ ਵੇ ਬੰਦਾ ਅੱਗੇ ਗੱਡੀ ਵੇ ਕਹਿੰਦਾ 3000 ਪੈਣਗੇ ਹੱਥ ਜੋੜੇ ਕੇ 2500 ਰੁਪਏ ਮਾਂ 2500 ਰੁਪਏ ਕਿਰਾਇਆ ਦੇ ਕੇ ਲੈ ਕੇ ਆਏ। ਇਹ ਕਹਿੰਦਾ ਜੀ ਸਰ ਬਿਲਕੁਲ ਮੇਰੀ ਜ਼ਿੰਮੇਵਾਰੀ ਆ, ਕੋਈ ਤੁਹਾਨੂੰ ਰੋਕ ਟੋਕ ਕੋਈ ਨਹੀਂ, ਮੇਰੀ ਜ਼ਿੰਮੇਵਾਰੀ ਤੁਹਾਨੂੰ ਸਾਨੂੰ ਉੱਤੇ ਤਰਪਾਲ ਦਿੱਤੀ ਥੱਲੇ ਤਰਪਾਲ ਦੇ ਕੇ ਸਾਨੂੰ ਅੰਦਰ ਦੇ ਕੇ ਵਾੜ ਕੇ ਸਾਨੂੰ 2500-2500 ਰੁਪਇਆ ਡਾਲੇ ਤਾਂ ਚਾਹੁੰਦੇ ਤਾਂ ਪਰ ਕਹਿੰਦਾ ਪਹਿਲਾਂ 2500-2500 ਰੁਪਇਆ ਫੜਾਓ ਫਿਰ ਡਾਲੇ ਵਿੱਚ ਅੰਦਰ ਗੱਡੀ ਦੇ ਬੰਦ ਕੱਲੇ ਕੱਲੇ ਲੈਣ ਲਾਈ 2500-2500 ਰੁਪਇਆ ਫੜਿਆ ਇਹਨੂੰ ਫਿਰ ਅੰਦਰ ਕੱਲੇ ਕੱਲੇ ਬੰਦੇ ਲਾਉਣ ਦਿੱਤਾ ਉਹਨਾਂ ਨੇ। ਮਤਲਬ ਲੁਕੋ ਕੇ ਲਿਆ? ਲੁਕੋ ਕੇ ਲਿਆ ਗਿਆ ਉੱਤੇ ਤਰਪਾਲ ਲਿਖ ਦਿੱਤੀ, ਰਾਤ ਨੂੰ ਗੱਡੀ 9 ਵਜੇ ਤੋਰੀ ਇਹਨੇ ਜੀ ਉੱਥੋਂ। ਗਵਾਲੀਅਰੋਂ ਕੋਈ ਮੁੰਡੂ ਨਹੀਂ ਸੀਗੇ ਇਹਨਾਂ ਕੋਲ ਪਾਸ ਸੀਗਾ ਨਾ ਭਾਜੀ? ਇਹ ਦੂਜਾ ਕੰਪੈਨ ਦੇ ਡਰਾਈਵਰ ਆ, ਕੰਪੈਨ ਹੈਲਪਰ ਡਰਾਈਵਰ ਹੀ ਉੱਥੇ ਬੈਠੇ ਸੀ ਗੁਰਦੁਆਰੇ ਅਤੇ ਉਹ ਆ ਉਹ ਪਹਿਲੇ ਸੁਣ ਲਿਓ ਕਰੋ ਭਾਜੀ ਤੋਂ ਉੱਥੋਂ ਫਿਰ ਗੁਰਦੁਆਰੇ ਬੈਠੇ ਹਾਂ, ਕਿਰਾਇਆ ਲਿਆ 2500-2500 ਲਿਆ ਅਤੇ ਬਾਅਦ 'ਚ ਇੱਥੇ ਆਏ ਅਤੇ ਫੜੇ ਗਏ ਬਸ। ਨਹੀਂ ਇੱਦਾਂ ਗੱਡੀ 'ਚ ਲਿਆਏ, ਬੰਦ ਕਿਉਂ ਕਰਨਾ ਇੱਦਾਂ ਗੱਡੀ 'ਚ ਆਏ? ਪਤਾ ਨਹੀਂ ਪਤਾ ਨਹੀਂ ਭਾਈ, ਗਿਣੇ ਨਹੀਂ ਆਪਾਂ। ਕਿੰਨੇ ਸਟੇਟ ਹੈ ਤੁਸੀਂ ਕ੍ਰਾਸ ਕਰਾਏ? ਸਟੇਟਾਂ ਦੋ ਹੀ ਆ, ਹਰਿਆਣਾ ਅਤੇ ਯੂਪੀ ਅਤੇ MP। ਕਿੱਥੇ ਜਾਣਾ ਸੀ ਅੱਗੇ? ਆ ਜਾਣਾ ਇੱਥੇ ਕੀ ਲੁਧਿਆਣੇ, ਲੁਧਿਆਣੇ। ਲੁਧਿਆਣੇ ਤੇ ਅੰਮ੍ਰਿਤਸਰ ਦੇ ਆਏ, 2500 ਰੁਪਇਆ ਦਿੱਤਾ ਨਾ ਕਿਰਾਇਆ ਜੀ ਤੇ ਉਹਨਾਂ ਨੂੰ 50-60 ਬੰਦੇ। ਰਿਸ਼ੀ ਗੋਇਲ ਸਰ, ਇਹ ਇੱਕ ਟਰੱਕ ਗਵਾਲੀਅਰ ਤੋਂ ਚੱਲ ਕੇ ਆਇਆ ਜਿਹਦਾ ਨੰਬਰ MP07DA1313 ਹੈ। ਅਸੀਂ ਡਰਾਈਵਰ ਇਹ ਸਾਡੀ ਕਲੋਨੀ ਵਿਸ਼ਵਾਸ ਕਲੋਨੀ ਬਠਿੰਡਾ ਦੇ ਵਿੱਚ ਅੱਗੇ ਆ ਕੇ ਰੁਕਿਆ। ਅਸੀਂ ਇਸ ਨੂੰ ਪੁੱਛਿਆ ਵੀ ਇੱਥੇ ਕਿਵੇਂ ਰੁਕਿਆ, ਜਦੋਂ ਅਸੀਂ ਇਹਦੀ ਤਰਪਾਲ ਚੱਕ ਕੇ ਦੇਖੀ ਤਾਂ ਇਹਦੇ ਵਿੱਚ ਡੰਗਰਾਂ ਵਾਂਝ ਇਹਦੇ ਵਿੱਚ ਇਨਸਾਨ ਭਰੇ ਹੋਏ ਸੀਗੇ, ਔਰ ਇਸ ਨੇ ਘੱਟੋ ਘੱਟ ਵੀ 20 ਬੰਦੇ ਇਹਨੇ ਇੱਥੇ ਉਤਾਰ ਦਿੱਤੇ, ਔਰ ਇਹ ਕੁਛ ਬੰਦੇ ਮਲੋਟ ਰੋਡ 'ਤੇ ਉਤਾਰ ਕੇ ਆਇਆ। ਡਰਾਈਵਰ ਦੀ ਪੁੱਛਗਿੱਛ ਕਰਕੇ ਜਦੋਂ ਅਸੀਂ ਪੁੱਛਿਆ ਇਸ ਨੂੰ ਵੀ ਤੂੰ ਇੱਥੋਂ ਇੱਥੇ ਕਿਵੇਂ ਆ ਗਿਆ, ਕਹਿੰਦਾ ਵੀ ਮੈਂ ਗਵਾਲੀਅਰ ਤੋਂ ਆਇਆ, MP ਦੇ ਵਿੱਚੋਂ ਆਇਆ। ਅਸੀਂ ਕਿਹਾ ਵੀ 1000 ਕਿਲੋਮੀਟਰ ਤੂੰ ਆ ਗਿਆ ਇੱਥੇ, ਹਜੇ ਤੱਕ ਤੇਰੀ ਕਿਸੇ ਨੇ ਕੋਈ ਪੁੱਛਗਿੱਛ ਨਹੀਂ ਕੀਤੀ, ਕੋਈ ਤੈਨੂੰ ਕਿਸੇ ਨਾਕੇ ਦੇ ਉੱਤੇ ਕਿਸੇ ਨੇ ਨਹੀਂ ਰੋਕਿਆ। ਇੱਕ ਪਾਸੇ ਦਾ ਪ੍ਰਸ਼ਾਸਨ ਦਾਅਵੇ ਵੱਡੇ ਵੱਡੇ ਕਰਦਾ ਕਿ ਅਸੀਂ ਸੂਈ ਨਹੀਂ ਲੰਘਣ ਦਿੰਦੇ, ਔਰ ਇਹ 1000 ਕਿਲੋਮੀਟਰ 'ਤੇ ਟਰੱਕ ਆ ਗਿਆ, ਉਹ ਡਰਾਈਵਰ ਕੋਲ ਨਾ ਤਾਂ ਕੋਈ ਪਾਸ ਹੈ ਨਾ ਹੀ ਕੋਈ ਪਰਮਿਸ਼ਨ ਹੈ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ
खिच धू के यदि इंक्वायरी की जाए और सानू तो यह लगता है कि ये सारे जमाती के नाल ही ना जुड़े होने जमाती ही ना हो। बठिंडा सिटी जी है एक नीट एंड क्लीन सिटी है, एक ग्रीन ग्रीन जोन है, ग्रीन जोन घोषित किया गया है और ये सानू यह पूरा शक है कि यह करोना फैलाने वास्ते ही इतने बठिंडे एंटर किए हैं। आसे पासे दे एरिए दे विच साडा जड़ा एक बहुत ही सेफ गिणिया गया है। असीं यही बेनती करांगे प्रशासन नूं कि इहदी अंदरूनी तौर ते इहदी जानकारी इहदी जांच कीती जावे। धन्नवाद। इह तां जी ड्राइवर दे दस्सण मुताबक ही है वी उत्थे ग्वालियर तों कोई टिकनपुर कोई गुरद्वारा साहिब है वी उत्थों इह लै गया। इहदे दस्सण मुताबक हैगी जी करीब 70 दे करीब, पर हजे असीं गिनती नहीं कीती, उत्थे जा के करांगे। वो तो जी वो दस रहे उन्होंने तो सारी पुछगिछ करांगे, उहदे मुताबक जो कानूनी कार्रवाई बनती है वो ड्राइवर के खिलाफ भी तो मालिक के खिलाफ भी करांगे। हुण तां फिलहाल तां इहनां नूं कहिंदा लैके जाणा जी असीं उत्थे इहनां दी सेहत दी जांच वास्ते, उस तों बाद उत्थे इहनां दी गिनती होऊगी, उस तों बाद उत्थे इहनां नूं उतार के फिर असीं इहदी जिहड़ी बनदी कार्रवाई ते करांगे। हांजी, इह ट्रक लै के आया यूपी दे विच्चों लै के आया इह, ते इहनां बंदिआं नूं क्वारंटीन सेंटर दे विच भेजांगे। ਇਹ ਤਾਂ ਕਰਫਿਊ ਵਾਇਲੇਸ਼ਨ ਤਾਂ ਹੈਗੀ ਹੈ ਵਿਦਾਊਟ ਇਨਫੋਰਮੇਸ਼ਨ ਜਿਹੜਾ ਹੈਗਾ ਇਹ ਬੰਦੇ ਲੈ ਕੇ ਆਇਆ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।